ਕੇਸਰਾ ਚੋਣਾਂ ਹੁੰਦੀਆਂ ਨੇ। ਅਸਾਂ ਪੂਰੇ ਮਾਮਲੇ ਤੋਂ ਹੈਰਾਨ ਹਾਂ। ਇਹ ਤਾਂ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ। ਪ੍ਰਿਜ਼ਾਈਡਿੰਗ ਆਫਿਸਰ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ। ਸਾਰੀਆਂ ਗੱਲਾਂ ਜੋ ਨੇ, ਤਲਕ ਪੜੀਆਂ ਟਿੱਪਣੀਆਂ ਜੋ ਨੇ, ਸੁਪਰੀਮ ਕੋਰਟ ਦੇ ਵੱਲੋਂ ਜ਼ਾਹਿਰ ਕੀਤੀਆਂ ਗਈਆਂ। ਸੁਪਰੀਮ ਕੋਰਟ ਦੇ ਤਿੰਨ ਬੈਂਚਾਂ ਦੇ ਜੱਜਾਂ ਦੀ ਬੈਂਚ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਗਈ। ਤਾਂ ਫਿਲਹਾਲ ਅਗਲੇ ਹੁਕਮਾਂ ਤੱਕ ਨਿਗਮ ਦੀ ਮੀਟਿੰਗਾਂ ਦਾ ਰੋਕ ਸੁਪਰੀਮ ਕੋਰਟ ਨੇ ਲਗਾ ਦਿੱਤੀ ਹੈ। ਸਖ਼ਤ ਰਵੱਈਆ ਅਖਤਿਆਰ ਕੀਤਾ ਸੁਪਰੀਮ ਕੋਰਟ ਨੇ। ਰਿਟਰਨਿੰਗ ਆਫਿਸਰ ਦੇ ਰਵੱਈਏ ਤੇ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਬੋਡੀ ਲੈਂਗੁਏਜ ਪ੍ਰਿਜ਼ਾਈਡਿੰਗ ਆਫਿਸਰ ਦੀ, ਉਸ ਨੂੰ ਲੈ ਕੇ ਕਿਹਾ ਕਿ ਆਫਿਸਰ ਦੀ ਹਰਕਤ ਲੋਕਤੰਤਰ ਦਾ ਕਤਲ ਹੈ। ਰਿਟਰਨਿੰਗ ਆਫਿਸਰ ਦੇ ਖਿਲਾਫ ਮੁਕਦਮਾ ਦਰਜ ਹੋਏ। ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਸੋਮਵਾਰ ਨੂੰ ਹੁਣ ਮਾਮਲੇ ਦੀ ਸੁਣਵਾਈ ਹੋਏਗੀ। ਮੇਅਰ ਚੋਣਾਂ ਦੇ ਨਾਲ ਜੁੜੇ ਸਾਰੇ ਰੈਕਰਡ ਨੂੰ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਸੌਂਪੇ ਜਾਣ ਦੇ ਆਦੇਸ਼ ਵੀ ਸੁਪਰੀਮ ਕੋਰਟ ਨੇ ਜ਼ਾਹਿਰ ਕੀਤੇ ਨੇ। ਦੱਸ ਦਈਏ ਕਿ ਕਿਉਂਕਿ ਬਜਟ ਸੈਸ਼ਨ ਵੀ ਕੱਲ੍ਹ ਪੇਸ਼ ਕੀਤਾ ਜਾਣਾ ਸੀ, ਫਿਲਹਾਲ ਬਜਟ ਸੈਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। ਜੋ ਚੰਡੀਗੜ੍ਹ ਦੇ ਮੇਅਰ ਨੇ ਮਨੋਜ ਸੋਨਕਰ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਮੇਅਰ ਵਜੋਂ ਆਪਣੀ ਜ਼ਿੰਮੇਦਾਰੀ ਉਹ ਨਹੀਂ ਨਿਭਾ ਸਕਣਗੇ। ਸਾਰੀਆਂ ਜ਼ਿੰਮੇਦਾਰੀਆਂ 'ਤੇ ਰੋਕ ਲਗਾ ਦਿੱਤੀ ਗਈ ਸੁਪਰੀਮ ਕੋਰਟ ਦੇ ਵੱਲੋਂ। ਉਹ ਕੋਈ ਮੀਟਿੰਗ ਨਹੀਂ ਕਰ ਸਕਣਗੇ, ਕੋਈ ਬਜਟ ਸੈਸ਼ਨ ਜੋ ਹੈ ਨਹੀਂ ਹੋਏਗਾ ਹੁਣ ਚੰਡੀਗੜ੍ਹ ਦੇ ਵਿੱਚ ਫਿਲਹਾਲ। ਜਦ ਤੱਕ ਅਗਲੇ ਆਦੇਸ਼ ਸੁਪਰੀਮ ਕੋਰਟ ਦੇ ਨਹੀਂ ਆਉਣਗੇ, ਉਦੋਂ ਤੱਕ ਮੇਅਰ ਕੋਈ ਵੀ ਆਪਣੀ ਸ਼ਕਤੀ ਦਾ, ਆਪਣੇ ਅਹੁਦੇ ਦਾ, ਆਪਣੀ ਪਾਵਰ ਦਾ ਇਸਤੇਮਾਲ ਨਹੀਂ ਕਰ ਸਕਦਾ ਹੈ। ਕੋਈ ਮੀਟਿੰਗ ਨਹੀਂ ਹੋਏਗੀ, ਕੋਈ ਨਿਰਦੇਸ਼ ਜਾਰੀ ਨਹੀਂ ਕਰ ਸਕਦਾ ਮੇਅਰ। ਮੇਅਰ ਵਜੋਂ ਕੋਈ ਆਪਣੀ ਜ਼ਿੰਮੇਦਾਰੀ ਨਿਭਾ ਹੀ ਨਹੀਂ ਸਕਦਾ ਜਦ ਤੱਕ ਸੁਪਰੀਮ ਕੋਰਟ ਆਦੇਸ਼ ਨਹੀਂ ਕਰ ਦੇਗੀ। ਫਿਲਹਾਲ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੇ ਜ਼ਰੀਏ ਜੋ ਕੈਂਸਲ ਕੀਤੀਆਂ ਗਈਆਂ ਨੇ ਵੋਟਾਂ, ਉਹ ਵੀਡੀਓਗ੍ਰਾਫੀ ਅਤੇ ਹੋਰ ਜੋ ਸਮੱਗਰੀ ਹੈ, ਤੇ ਉਸ ਦੇ ਸਮੇਂ ਚੋਣ ਪ੍ਰਕਿਰਿਆ ਦਾ ਪੂਰਾ ਰੈਕਰਡ ਜੋ ਹੈ ਉਹ ਉੱਥੇ ਸੌਂਪਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ। ਅਗਲੀ ਸੁਣਵਾਈ ਤੱਕ ਚੰਡੀਗੜ੍ਹ ਨਿਗਮ ਦੀ ਆਗਾਮੀ ਬੈਠਕ ਨੂੰ ਟਾਲਣ ਦੇ ਨਿਰਦੇਸ਼ ਵੀ ਸੁਪਰੀਮ ਕੋਰਟ ਨੇ ਜਾਰੀ ਕਰ ਦਿੱਤੇ ਨੇ। ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਕਸ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਜੀ, ਸਾਡੇ ਨਾਲ ਜੁੜੇ ਨੇ। ਗੁਰਪ੍ਰੀਤ ਜੀ, ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਸਰ, ਚੰਡੀਗੜ੍ਹ ਮੇਅਰਲ ਪੋਲਸ ਜੋ ਹੋਈਆਂ ਨੇ ਉਸਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਅਦਾਲਤੀ ਰੁਖ ਕੀਤਾ ਗਿਆ, ਪਹਿਲਾਂ ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਸਖ਼ਤ ਲਹਿਜਾ ਜੋ ਅਖਤਿਆਰ ਕੀਤਾ ਹੈ, ਸਭ ਤੋਂ ਪਹਿਲਾਂ ਤੁਹਾਡਾ ਰਿਐਕਸ਼ਨ ਸਰ? ਦੇਖੋ, ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਨੇ ਆਮ ਆਦਮੀ ਪਾਰਟੀ ਵਾਲੇ ਜਾਂ ਓਪੋਜੀਸ਼ਨ ਵਾਲੇ, ਇਹਦੇ ਵਿੱਚ ਸੁਪਰੀਮ ਕੋਰਟ ਨੇ ਸਿੰਪਲ ਰਿਕਾਰਡ ਮੰਗਿਆ ਕਿ ਹਾਂ ਇਹ ਵਿੱਚ ਦੇਖਿਆ ਜਾਵੇ, ਜਾਂਚ ਕੀਤੀ ਜਾਵੇ। ਅਸੀਂ ਸਵਾਗਤ ਕਰਦੇ ਹਾਂ, ਸਨਮਾਨ ਕਰਦੇ ਹਾਂ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ, ਜੋ ਵੀ ਹੋਏਗਾ ਉਹ ਅੱਗੇ ਡਿਸਾਈਡ ਹੋਏਗਾ। ਰਿਕਾਰਡ ਜਿਹੜਾ ਉਹ ਚੈੱਕ ਕੀਤਾ ਜਾਏਗਾ ਸਾਰਾ, ਔਰ ਇਹਨੂੰ ਅੱਜ ਆਪਾਂ ਇਹ ਕਹਿ ਦਈਏ ਕਿ ਧਾਂਦਲੀ ਹੋਈ ਹੈ ਜਾਂ ਕੁਛ ਹੋਇਆ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਜਾਂਚ ਹੋਏਗੀ ਤਾਂ ਪਤਾ ਲੱਗੇਗਾ ਕੀ ਹੈ। ਬਾਕੀ ਸਨਮਾਨਿਤ ਅਦਾਲਤਾਂ ਨੇ ਜਿਵੇਂ ਵੀ ਹੁਕਮ ਕਰਨਗੀਆਂ ਉਸ ਨੂੰ ਮੰਨਣੀ ਹੈ ਜੀ।
ਪਰ ਸੁਪਰੀਮ ਕੋਰਟ ਦਾ ਸਖਤ ਰਵੱਈਆ ਹੀ ਅਪਣਾ ਲੈਣਾ ਬਹੁਤ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਤੁਸੀਂ ਇਹਨੂੰ ਛੋਟੀ ਗੱਲ ਮੰਨਦੇ ਹੋ? ਕੋਈ ਵੀ ਪਟੀਸ਼ਨਰ ਜਾਂਦਾ ਹੈ, ਕੋਈ ਪਟੀਸ਼ਨ ਜਾਂਦੀ ਹੈ ਤਾਂ ਸੁਪਰੀਮ ਕੋਰਟ ਨੇ ਉਹਨੂੰ ਦੇਖਣਾ, ਕੇਸ ਨੂੰ ਸੁਣਨਾ, ਉਸ ਤੋਂ ਬਾਅਦ ਉਹਨਾਂ ਨੇ ਆਦੇਸ਼ ਦੇਣਾ ਹੈ ਕਿ ਅੱਗੇ ਕੀ ਕੀਤਾ ਜਾਵੇ। ਉਹਨਾਂ ਨੇ ਦਿੱਤਾ ਇਹਨੂੰ, ਇਹ ਤਾਂ ਨੀ ਕਹਿ ਸਕਦੇ ਕਿ ਫਟਕਾਰ ਲੱਗ ਗਈ ਜਾਂ ਕੁਛ ਹੋ ਗਿਆ ਜਾਂ ਉਹਨਾਂ ਨੇ ਫੈਸਲਾ ਸੁਣਾਤਾ। ਇਹ ਇੱਕ ਜਸਟ ਉਹਨਾਂ ਦੀ ਪ੍ਰਕਿਰਿਆ ਦਾ ਪਾਰਟ ਹੈ, ਪ੍ਰਕਿਰਿਆ ਅੱਗੇ ਚੱਲੇਗੀ, ਉਹ ਤੇ ਜੋ ਵੀ ਡਿਸਾਈਡ ਹੋਏਗਾ ਉਹ ਮਨ ਨਹੀਂ ਹੋਏਗਾ। ਦੇਖੋ ਉਸਦੇ ਲਈ ਸਪਸ਼ਟੀਕਰਨ ਤਾਂ ਦੋਹਾਂ ਧਿਰਾਂ ਨੂੰ, ਦੇਖੋ ਇੱਕ ਧਿਰ ਇੱਕ ਤਾਂ ਕੰਪਲੇਨੈਂਟ ਹੈ, ਦੂਸਰੀ ਧਿਰ ਨੂੰ ਤਾਂ ਸਪਸ਼ਟੀਕਰਨ ਦੇਣਾ ਪਏਗਾ ਨਾ, ਅਗਰ ਪਾਕ ਸਾਫ਼ ਹੈ ਤਾਂ। ਅਗਰ ਨਾ ਸਪਸ਼ਟੀਕਰਨ ਦੇ ਪਾਇਆ ਕੀ ਲੱਗਦਾ ਹੈ ਮੁਸ਼ਕਲਾਂ ਵੱਧ ਸਕਦੀਆਂ ਨੇ ਬੀਜੇਪੀ ਦੀਆਂ? ਬਿਲਕੁਲ, ਕੋਰਟ ਦੇ ਵਿੱਚ ਦਿੱਤਾ ਜਾਏਗਾ ਜੋ ਵੀ ਸਪਸ਼ਟੀਕਰਨ ਮੰਗਿਆ ਜਾਏਗਾ, ਬਿਲਕੁਲ ਕੋਰਟ ਦੇ ਵਿੱਚ ਉਹਦਾ ਦਿੱਤਾ ਜਾਏਗਾ। ਔਰ ਆਪਣਾ ਆਪਣਾ ਪੱਖ ਦੋਨੋਂ ਧਿਰਾਂ ਰੱਖਣਗੀਆਂ, ਉਸ ਤੋਂ ਬਾਅਦ ਇਨਕੁਆਇਰੀ ਜੋ ਵੀ ਡਿਸਾਈਡ ਹੋਏਗਾ ਦੇਖਾਂਗੇ ਕੀ ਹੁੰਦਾ। ਜੀ ਠੀਕ ਹੈ ਗੁਰਪ੍ਰੀਤ ਢਿੱਲੋਂ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਫਿਲਹਾਲ ਜਾਂਚ ਦਾ ਵਿਸ਼ਾ ਹੈ, ਜਾਂਚ ਦੀ ਗੱਲ ਆਖੀ ਜਾ ਰਹੀ ਬੀਜੇਪੀ ਦੇ ਵੱਲੋਂ ਕਿ ਜਾਂਚ ਦਾ ਵਿਸ਼ਾ ਹੈ ਔਰ ਜਾਂਚ ਦੇ ਵਿੱਚ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਹੋਏਗਾ ਕਿ ਦਾਲ ਦੇ ਵਿੱਚ ਵਾਕਈ ਕੁਛ ਕਾਲਾ ਹੈ ਜਾਂ ਪੂਰੀ ਦਾਲ ਹੀ ਕਾਲੀ ਹੈ ਜਾਂ ਸਭ ਕੁਛ ਪਾਕ ਸਾਫ਼ ਹੈ। ਸਭ ਕੁਛ ਸਪਸ਼ਟ ਹੋਣਾ ਹਜੇ ਬਾਕੀ ਹੈ, ਲੇਕਿਨ ਚੰਡੀਗੜ੍ਹ ਮੇਅਰ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਜੋ ਸਖ਼ਤ ਰਵੱਈਆ ਅਖਤਿਆਰ ਕੀਤਾ ਔਰ ਜੋ ਸਖ਼ਤ ਟਿੱਪਣੀਆਂ ਕੀਤੀਆਂ ਨੇ, ਉਹ ਜੋ ਹੈ ਦਰਕਿਨਾਰ ਨਹੀਂ ਕੀਤੀਆਂ ਜਾ ਸਕਦੀਆਂ। ਸੁਪਰੀਮ ਕੋਰਟ ਨੇ ਸਾਫ਼ ਤਰੀਕੇ ਦੇ ਨਾਲ ਕਿਹਾ ਕਿ ਕੀ ਇਸ ਤਰ੍ਹਾਂ ਚੋਣਾਂ ਹੁੰਦੀਆਂ ਨੇ, ਕੀ ਪ੍ਰਿਜ਼ਾਈਡਿੰਗ ਆਫੀਸਰ ਇਸ ਤਰ੍ਹਾਂ ਚੋਣਾਂ ਕਰਵਾਉਂਦੇ ਨੇ। ਇਹ ਲੋਕਤੰਤਰ ਦਾ ਮਜ਼ਾਕ ਹੈ, ਇਹ ਲੋਕਤੰਤਰ ਦਾ ਕਤਲ ਹੈ। ਪ੍ਰਿਜ਼ਾਈਡਿੰਗ ਆਫੀਸਰ ਦੇ ਖਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਫਿਲਹਾਲ ਬੀਜੇਪੀ ਕਹਿ ਰਹੀ ਹੈ ਕਿ ਜਾਂਚ ਦਾ ਵਿਸ਼ਾ ਹੈ, ਲੇਕਿਨ ਪ੍ਰਿਜ਼ਾਈਡਿੰਗ ਆਫੀਸਰ ਦੇ ਖਿਲਾਫ਼ ਕੇਸ ਦਰਜ ਹੋਣ ਦੀ ਜੋ ਗੱਲ, ਇਹ ਸਖ਼ਤ ਟਿੱਪਣੀ ਜੋ ਹੈ ਸੁਪਰੀਮ ਕੋਰਟ ਦੇ ਵੱਲੋਂ ਵੀ ਕਹੀ ਗਈ ਹੈ, ਸ਼ਾਇਦ ਇਸ ਨੂੰ ਹਾਲੇ ਵੀ ਹਲਕੇ ਦੇ ਨਾਲ ਲਿਆ ਜਾ ਰਿਹਾ ਹੈ। ਲੇਕਿਨ ਫਿਲਹਾਲ ਪੂਰਾ ਮਾਮਲਾ ਅਦਾਲਤ ਦੇ ਵਿੱਚ ਵਿਚਾਰਾਧੀਨ ਹੈ, ਅਗਲੇ ਸੋਮਵਾਰ ਨੂੰ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਸੁਣਵਾਈ ਹੋਏਗੀ। ਫਿਲਹਾਲ ਪ੍ਰਿਜ਼ਾਈਡਿੰਗ ਆਫੀਸਰ ਦਾ ਜੋ ਬਿਹੇਵੀਅਰ ਹੈ, ਜੋ ਬੋਡੀ ਲੈਂਗੁਏਜ ਹੈ, ਜੋ ਭੂਮਿਕਾ ਹੈ, ਉਹ ਹਾਲੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੁਪਰੀਮ ਕੋਰਟ ਦੇ ਸਖ਼ਤ ਆਦੇਸ਼ ਹੀ ਇਹ ਜ਼ਾਹਿਰ ਕਰ ਰਹੇ ਨੇ ਕਿ ਪ੍ਰਿਜ਼ਾਈਡਿੰਗ ਆਫੀਸਰ ਦੀ ਭੂਮਿਕਾ ਹਾਲੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਹਾਲੇ ਉਹ ਪਾਕ ਸਾਫ਼ ਨਿਕਲ ਕੇ ਸਾਹਮਣੇ ਨਹੀਂ ਆਏ ਨੇ, ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣਾ ਪਏਗਾ, ਆਪਣਾ ਪੱਖ ਰੱਖਣਾ ਪਏਗਾ। ਔਰ ਅਗਰ ਠੋਸ ਤਰੀਕੇ ਦੇ ਨਾਲ ਆਪਣਾ ਪੱਖ ਨਹੀਂ ਰੱਖ ਪਾਏ ਤਾਂ ਮੁਸੀਬਤਾਂ ਵੱਧ ਵੀ ਸਕਦੀਆਂ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ, ਉਸ ਪਟੀਸ਼ਨ ਦੇ ਵਿੱਚ ਇਹਨਾਂ ਚੋਣਾਂ ਨੂੰ ਸਿਰੇ ਤੋਂ ਖਾਰਿਜ ਕਰਕੇ ਦੁਬਾਰਾ ਚੋਣਾਂ ਕਰਵਾਉਣ ਦੀ ਅਪੀਲ ਜੋ ਹੈ ਆਪਣੀ ਪਟੀਸ਼ਨ ਦੇ ਵਿੱਚ ਕੀਤੀ ਗਈ ਹੈ। ਫਿਲਹਾਲ ਸੁਪਰੀਮ ਕੋਰਟ ਇਸ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ, ਕੀ ਆਦੇਸ਼ ਜੋ ਹੈ ਅਗਲਾ ਜਾਰੀ ਕਰਦੀ ਹੈ, ਇਸ ਦਾ ਵੀ ਇੰਤਜ਼ਾਰ ਰਹੇਗਾ। ਫਿਲਹਾਲ ਸੋਮਵਾਰ ਨੂੰ, ਅਗਲੇ ਹਫ਼ਤੇ ਸੋਮਵਾਰ ਨੂੰ ਸੁਣਵਾਈ ਹੋਏਗੀ। ਰੋਹਿਤ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਰੋਹਿਤ, ਸੁਪਰੀਮ ਕਿਉਂਕਿ ਕੁਛ ਸਮਾਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਬੀਜੇਪੀ ਤੋਂ ਗੁਰਪ੍ਰੀਤ ਢਿੱਲੋਂ ਜੀ ਨਾਲ ਅਸੀਂ ਗੱਲ ਕੀਤੀ, ਅਸੀਂ ਸੁਪਰੀਮ ਕੋਰਟ ਨੇ ਜੋ ਸਖ਼ਤ ਲਹਿਜਾ ਅਖਤਿਆਰ ਕੀਤਾ ਉਸ ਦੇ ਬਾਰੇ ਉਹਨਾਂ ਨੂੰ ਪੁੱਛਿਆ, ਲੇਕਿਨ ਉਹ ਕਹਿੰਦੇ ਨੇ ਜਾਂਚ ਦਾ ਵਿਸ਼ਾ ਹੈ। ਯਾਨੀ ਕਿ ਹਾਲੇ ਵੀ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ, ਸੁਪਰੀਮ ਕੋਰਟ ਦੇ ਸਖ਼ਤ ਰਵੱਈਏ ਨੂੰ ਹਲਕੇ ਦੇ ਨਾਲ ਲਿਆ ਜਾ ਰਿਹਾ ਸ਼ਾਇਦ। ਦੇਖੋ, ਜਿਸ ਤਰੀਕੇ ਦੇ ਨਾਲ ਗਗਨ ਟਿੱਪਣੀਆਂ ਆਈਆਂ ਨੇ ਸਖ਼ਤ, ਉਹਨਾਂ ਦੇ ਵਿੱਚੋਂ ਇੱਕ ਟਿੱਪਣੀ ਜਿਹੜੀ ਮੈਂ ਚਰਚਾ ਕਰਨਾ ਚਾਹਾਂਗਾ, ਉਹ ਟਿੱਪਣੀ ਹੈ ਆਪਣੇ ਪ੍ਰਿਜ਼ਾਈਡਿੰਗ ਆਫੀਸਰ ਨੂੰ ਦੱਸ ਦੇਣਾ, ਸੁਪਰੀਮ ਕੋਰਟ ਆਫ ਇੰਡੀਆ ਦੀ ਤੁਹਾਡੇ ਤੇ ਨਜ਼ਰ ਹੈ ਔਰ ਅਸੀਂ ਲੋਕਤੰਤਰ ਦਾ ਕਤਲ ਨਹੀਂ ਹੋਣ ਦੇਵਾਂਗੇ। ਜਦੋਂ ਚੀਫ ਜਸਟਿਸ ਆਫ ਇੰਡੀਆ ਦੀ ਇਹ ਟਿੱਪਣੀ ਆਉਂਦੀ ਹੈ ਤਾਂ ਇਸ ਟਿੱਪਣੀ ਦੇ ਮਤਲਬ ਤੁਸੀਂ ਸਿੱਧੇ ਤੌਰ ਤੇ ਸਮਝ ਸਕਦੇ ਹੋ, ਕਿਉਂਕਿ ਜਿਹੜਾ ਆਮ ਵਿਅਕਤੀ ਨੇ ਅਬਜ਼ਰਵ ਕੀਤਾ ਉਹੀ ਅਬਜ਼ਰਵ ਚੀਫ ਜਸਟਿਸ ਆਫ
ਇੰਡੀਆ ਨੇ ਕੀਤਾ ਕਿ ਪਹਿਲਾਂ ਉਹ ਵਿਅਕਤੀ ਕੈਮਰੇ ਦੇ ਵੱਲ ਦੇਖ ਰਿਹਾ ਹੈਗਾ, ਫਿਰ ਉਹ ਥੱਲੇ ਦੇਖ ਰਿਹਾ ਹੈਗਾ, ਨੋਟ ਕਰ ਰਿਹਾ ਕੀ ਕੈਮਰੇ ਦੇ ਵਿੱਚ ਇਹ ਮੂਵਮੈਂਟ ਕੈਦ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਔਰ ਉਸ ਤੋਂ ਬਾਅਦ ਵੋਟ ਦੇ ਉੱਪਰ ਜਿਹੜੇ ਸਾਈਨ ਕੀਤੇ ਜਾ ਰਹੇ ਨੇ ਜਾਂ ਨਿਸ਼ਾਨ ਲਗਾਏ ਜਾ ਰਹੇ ਨੇ, ਅਜਿਹਾ ਕਿਉਂ ਕੀਤਾ ਜਾ ਰਿਹਾ ਹੈਗਾ, ਔਰ ਨਾਲ ਦੀ ਨਾਲ ਜਿਹੜੇ ਇੱਕ ਸਖ਼ਤ ਲਹਿਜੇ ਦੀ ਜਿਹੜੀ ਟਿੱਪਣੀ ਇਸ ਨੂੰ ਕਹਿ ਸਕਦੇ ਹਾਂ ਕਿ ਆਪਣੇ ਪ੍ਰੈਜ਼ਾਈਡਿੰਗ ਆਫਿਸਰ ਨੂੰ ਦੱਸ ਦੇਣਾ ਕਿ ਸੁਪਰੀਮ ਕੋਰਟ ਆਫ ਇੰਡੀਆ ਦੀ ਤੁਹਾਡੇ ਤੇ ਨਜ਼ਰ ਹੈ, ਕਿਉਂਕਿ ਜਦੋਂ ਇਹ ਵੀਡੀਓ ਪਲੇ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਅਨਿਲ ਮਸੀਹ ਦੇ ਵੱਲੋਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਸੀ, ਉਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਜੱਜਾਂ ਨੇ ਵੀ ਉਹ ਹਾਵ ਭਾਵ ਦੇਖਿਆ, ਜੱਜਾਂ ਨੇ ਵੀ ਉਹ ਪੂਰਾ ਤਰੀਕਾ ਦੇਖਿਆ ਕਿ ਜੇਕਰ ਮੰਨ ਲਓ ਤੁਸੀਂ ਵੋਟਾਂ ਦੀ ਗਿਣਤੀ ਕਰਨੀ ਹੈ ਤੁਸੀਂ ਸਿੱਧੇ ਤੌਰ ਤੇ ਕਰ ਸਕਦੇ ਹੋ, ਪਰ ਤੁਹਾਨੂੰ ਇੱਧਰ ਉੱਧਰ ਕੈਮਰਿਆਂ ਦੇ ਵੱਲ ਦੇਖਣ ਦੀ ਕੀ ਜ਼ਰੂਰਤ ਹੈ ਕਿ ਤੁਹਾਨੂੰ ਕੌਣ ਕੈਦ ਕਰ ਰਿਹਾ ਜਾਂ ਤੁਹਾਨੂੰ ਕੌਣ ਕੈਦ ਨਹੀਂ ਕਰ ਰਿਹਾ, ਤਾਂ ਜਦੋਂ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਤਾਂ ਉਹਨਾਂ ਨੂੰ ਲੈ ਕੇ ਸਾਫ਼ ਤੌਰ ਤੇ ਜਿਹੜੇ ਸਵਾਲ ਸੀ ਉਹ ਖੜੇ ਹੋਣੇ ਲਾਜ਼ਮੀ ਸੀਗੇ, ਨਾਲ ਦੀ ਨਾਲ ਲੋਕਤੰਤਰ ਦੀ ਹੱਤਿਆ ਵਰਗਾ ਸ਼ਬਦ ਜਿਹੜੀ ਚੀਜ਼ ਦਾ ਇਸਤੇਮਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀਗਾ ਕਿ ਲੋਕਤੰਤਰ ਦੀ ਹੱਤਿਆ, ਲੋਕਤੰਤਰ ਦੇ ਲਈ ਇਹ ਅੱਜ ਦਾ ਕਾਲਾ ਦਿਨ ਹੈਗਾ ਜਿਸ ਦਿਨ ਇਹ ਇਲੈਕਸ਼ਨ ਹੋਏ, ਤਾਂ ਅਜਿਹੀਆਂ ਹੀ ਕੁਝ ਟਿੱਪਣੀਆਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਸਾਹਮਣੇ ਆਈਆਂ ਨੇ ਕਿ ਜਿਸ ਤਰੀਕੇ ਨਾਲ ਇਲੈਕਸ਼ਨ ਤੋਂ ਕੰਡਕਟ ਕੀਤਾ ਗਿਆ, ਕੀ ਇਲੈਕਸ਼ਨ ਕੰਡਕਟ ਕਰਵਾਉਣ ਦਾ ਇਹ ਤਰੀਕਾ, ਕੀ ਵੋਟਾਂ ਦੀ ਗਿਣਤੀ ਦਾ ਇਹ ਤਰੀਕਾ ਸੀ, ਇਹ ਜਿਹੜੇ ਸਵਾਲ ਸੀਗੇ ਇਹ ਜ਼ਰੂਰ ਸੁਪਰੀਮ ਕੋਰਟ ਵੱਲੋਂ ਖੜੇ ਆ ਜਿਹੜੇ ਉਹ ਕੀਤੇ ਗਏ ਨੇ, ਨਾਲ ਦੀ ਨਾਲ ਪੂਰੇ ਦਾ ਪੂਰਾ ਰਿਕਾਰਡ ਹੈ ਜਿਹੜਾ ਉਸ ਨੂੰ ਸੀਲ ਕਰਨ ਦੇ ਆਦੇਸ਼ ਨੇ ਸ਼ਾਮ ਨੂੰ 5 ਵਜੇ ਤੱਕ, ਕਿਉਂਕਿ 5 ਵਜੇ ਦੇ ਵਿੱਚ ਵੀ ਹੁਣ ਲਗਭਗ 5 ਵੱਜ ਚੁੱਕੇ ਨੇ, ਤਾਂ ਹੁਣ ਤੱਕ ਜਿਹੜਾ ਪੂਰੇ ਦਾ ਪੂਰਾ ਰਿਕਾਰਡ ਹੈਗਾ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ। ਇੱਕ ਚੀਜ਼ ਹੋਰ ਅਹਿਮ ਹੈ ਰੋਹਿਤ, ਬੀਜੇਪੀ ਦੇ ਜੋ ਨਵੇਂ ਚੁਣੇ ਗਏ ਮੇਅਰ ਮਨੋਜ ਸੋਨਕਰ, ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਕੈਵੀਟ ਦਾਖਲ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਪਟੀਸ਼ਨ ਕਰਤਾ ਉਸ ਦੀ ਪਟੀਸ਼ਨ ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ ਗੱਲ ਸੁਣੀ ਜਾਏ, ਤੇ ਫਿਰ ਉਹਨਾਂ ਦੇ ਵੱਲੋਂ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬਾਲਸ਼੍ਰੀ ਭਾਰਦਵਾਜ ਦਲੀਲਾਂ ਰੱਖਣਗੀਆਂ ਕੁਝ ਇਸ ਤਰ੍ਹਾਂ ਦਾ। ਹਾਂਜੀ ਬਿਲਕੁਲ, ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਵਿਅਕਤੀ ਨੂੰ ਸੁਪਰੀਮ ਕੋਰਟ ਜਾਂ ਹਾਈਕੋਰਟ ਤੱਕ ਜਾਣ ਦਾ ਪਰਮਿਸ਼ਨ ਹੁੰਦੀ ਹੈਗੀ, ਔਰ ਹਾਈਕੋਰਟ ਦੇ ਅੰਦਰ ਜਾਂ ਸੁਪਰੀਮ ਕੋਰਟ ਦੇ ਅੰਦਰ ਇੱਕ ਪ੍ਰੋਵੀਜ਼ਨ ਹੈ ਕਿ ਜੇਕਰ ਮੇਰੇ ਖਿਲਾਫ ਕੋਈ ਵੀ ਕੇਸ ਆਉਂਦਾ ਤਾਂ ਉਸ ਕੇਸ ਦੇ ਉੱਪਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਰੀ ਮੇਰਾ ਪੱਖ ਜ਼ਰੂਰ ਜਾਣਿਆ ਜਾਵੇ। ਪਰ ਇਸ ਮਾਮਲੇ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਮਾਮਲਾ ਸੀ ਕਿ ਜਿਹੜੇ ਮੇਅਰ ਦੇ ਇਲੈਕਸ਼ਨ ਹੈ ਮੇਅਰ ਦੇ ਉੱਪਰ ਰੋਕ ਲਗਾਈ ਜਾਵੇ, ਦੂਸਰੀ ਚੀਜ਼ ਹੈ ਕਿ ਜਿਹੜੀ ਮੇਅਰ ਦਾ ਇਲੈਕਸ਼ਨ ਹੈ ਇਸ ਨੂੰ ਰੱਦ ਕਰਕੇ ਦੁਬਾਰਾ ਕੰਡਕਟ ਕਰਵਾਇਆ ਜਾਵੇ, ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਹਾਲੇ ਤੱਕ ਕੋਈ ਵੀ ਫੈਸਲਾ ਇਸ ਮਾਮਲੇ ਦੇ ਵਿੱਚ ਨਹੀਂ ਸੁਣਵਾਇਆ ਗਿਆ ਹੈਗਾ। ਫੈਸਲਾ ਫਿਲਹਾਲ ਦੀ ਘੜੀ ਕਹੀਏ ਤਾਂ ਇੱਕ ਜਿਹੜਾ ਕਹੀਏ ਕਿ ਜਦੋਂ ਪ੍ਰੋਸੀਡਿੰਗ ਦੇ ਦੌਰਾਨ ਜਿਹੜੀ ਚੱਲਦੀ ਆ ਪ੍ਰੋਸੀਡਿੰਗ ਦੇ ਦੌਰਾਨ ਜਿਹੜੇ ਫੈਸਲੇ ਨੇ ਉਹ ਸੁਣਾਏ ਜਾਂਦੇ ਨੇ, ਫਾਈਨਲ ਜਿਹੜਾ ਹਾਲੇ ਤੱਕ ਕੋਈ ਵੀ ਆਰਗੂਮੈਂਟ ਹੋਣਾ ਉਹ ਬਾਕੀ ਆ, ਫਾਈਨਲ ਫੈਸਲਾ ਹੋਣਾ ਬਾਕੀ ਹੈ, ਤਾਂ ਉਸ ਤੋਂ ਪਹਿਲਾਂ ਮਨੋਜ ਸੋਨਕਰ ਦੇ ਨਾਲ ਇਸ ਮਾਮਲੇ ਦੇ ਵਿੱਚ ਜ਼ਰੂਰ ਸੁਪਰੀਮ ਕੋਰਟ ਉਹਨਾਂ ਦਾ ਪੱਖ ਜਾਣੇਗੀ।